ਹੋਰ ਕੰਮ ਛੱਡੋ ਜੀ, ਤੁਸੀਂ ਪਹਿਲਾਂ ਇਹਨੂੰ ਬਣਾ ਕੇ ਲਾਓ। ਬਹੁਤ ਫਰਕ ਹੈ ਜੀ, ਦੇਖੋ 15 ਮਿੰਟ ਲਾਉਣ ਨਾਲ ਹੀ ਕਿੰਨਾ ਫਰਕ ਪੈ ਗਿਆ। ਆਹ ਥੱਲੇ ਦੇਖੋ ਜੀ, ਇਹਦਾ ਸਾਰਾ ਜੂਸ ਜਿਹਾ ਨਿਕਲ ਰਿਹਾ ਰਸ ਹੈ ਨਾ। ਗੋਲੂ ਮੋਲੂ ਜੇ ਬਣ ਜਾਓ ਲਾ ਕੇ ਬਸ ਇਹਨੂੰ ਮੋਟਾ ਮੋਟਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਅਤੇ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਵਿਆਹਾਂ ਦਾ ਸੀਜ਼ਨ ਆ ਰਿਹਾ, ਅਤੇ ਵਿਆਹਾਂ ਦੇ ਸੀਜ਼ਨ ਲਈ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਫੇਸ ਵਾਸਤੇ ਦੇਸੀ ਅਤੇ ਘਰੇਲੂ ਨੁਸਖਾ ਲੈ ਕੇ ਆਇਆ, ਜਿਹੜਾ ਕਿ ਇੱਕ ਤੁਹਾਡੇ ਫੇਸ ਨੂੰ ਵੱਖਰੀ ਚਮਕ ਦੇ ਦੂਗਾ। ਅਤੇ ਤੁਸੀਂ ਜੇ ਫੇਸ 'ਤੇ ਚਮਕ ਹੈ, ਫੇਸ 'ਤੇ ਗਲੋ ਹੈ ਨਾ, ਤਾਂ ਹੀ ਆਪਣੇ ਕੱਪੜਾ ਪਾਇਆ ਸੋਹਣਾ ਲੱਗਦਾ ਹੈ ਨਾ। ਜੇ ਹੁਣ ਆਪਾਂ ਕੱਪੜਾ ਸੋਹਣਾ ਪਾ ਲਈਏ, ਫੇਸ 'ਤੇ ਰੌਣਕ ਜੀ ਨਾ ਹੋਵੇ, ਫਿਰ ਉਹ ਕੱਪੜਾ ਵੀ ਨਹੀਂ ਜੱਚਦਾ। ਇਸ ਕਰਕੇ ਅਸੀਂ ਤੁਹਾਡੇ ਲਈ ਇੱਕ ਦੇਸੀ ਅਤੇ ਘਰੇਲੂ ਨੁਸਖਾ ਲੈ ਕੇ ਆਏ ਹਾਂ, ਤੁਸੀਂ ਇਹਨੂੰ ਬਣਾਓ, ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦਾ। ਕੋਈ ਘਰ ਵਾਲੇ ਸਮਾਨ ਦਾ ਹੀ ਸਾਰੇ ਦਾ, ਜੋ ਘਰ 'ਚ ਆਪਣੀ ਰਸੋਈ 'ਚ ਸਮਾਨ ਹੈ ਉਹਦਾ ਹੀ ਬਣ ਜਾਂਦਾ, ਬਾਜ਼ਾਰੋਂ ਲੈ ਕੇ ਕੁਛ ਵੀ ਨਹੀਂ ਆਉਣਾ। ਅਤੇ ਤੁਸੀਂ ਇਹਨੂੰ ਯੂਜ਼ ਕਰਕੇ ਵੇਖਿਓ, ਇਹਦਾ ਬਹੁਤ ਹੀ ਘੈਂਟ ਰਿਜ਼ਲਟ ਹੈ। ਆਪਾਂ ਟਾਈਮ ਨਾ ਖਰਾਬ ਕਰੀਏ, ਆ ਜਾਓ ਆਪਾਂ ਬਣਾਉਂਦੇ ਹਾਂ ਅਤੇ ਦੱਸਦੇ ਹਾਂ ਕੀ ਸਮਾਨ ਚਾਹੀਦਾ। ਆਓ, ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਇੱਕ ਆਲੂ। ਇਹ ਆਪਣੇ ਹਰ ਇੱਕ ਦੀ ਰਸੋਈ 'ਚ ਹੁੰਦਾ ਹੀ ਹੈ, ਕਦੇ ਖਤਮ ਨਹੀਂ ਹੁੰਦਾ ਹੈ ਨਾ ਜੀ। ਅਤੇ ਦੂਸਰੇ ਨੰਬਰ 'ਤੇ ਚਾਹੀਦਾ ਜੀ ਆਪਾਂ ਨੂੰ ਟਮਾਟਰ। ਇਹ ਵੀ ਆਪਣੀ ਰਸੋਈ 'ਚ ਹੁੰਦਾ ਹੀ ਹੈ ਨਾ, ਕਦੇ ਹੀ ਖਤਮ ਹੁੰਦਾ ਪਰ ਫਿਰ ਆ ਜਾਂਦਾ, ਅਤੇ ਇਹ ਵੀ ਤੁਹਾਨੂੰ ਆਸਾਨੀ ਨਾਲ ਘਰੋਂ ਹੀ ਮਿਲ ਜਾਂਦਾ। ਆਓ, ਫਿਰ ਆਪਾਂ ਨੂੰ ਚਾਹੀਦਾ ਜੀ ਦਹੀਂ। ਇਹ ਵੀ ਆਪਣੇ ਘਰ ਹੀ ਹੁੰਦਾ ਹੈ ਨਾ, ਤੁਹਾਨੂੰ ਦੱਸਿਆ ਨਾ ਵੀ ਬਾਜ਼ਾਰੋਂ ਕੁਛ ਵੀ ਨਹੀਂ ਲੈ ਕੇ ਆਉਣਾ, ਸਾਰਾ ਕੁਛ ਆਪਣੀ ਰਸੋਈ 'ਚ ਹੀ ਹੈ, ਅਤੇ ਮਿੰਟੋ ਮਿੰਟ ਹੀ ਬਣ ਜਾਣਾ। ਆ ਜਾਓ ਲਓ ਜੀ, ਸਭ ਤੋਂ ਪਹਿਲਾਂ ਆਪਾਂ ਆਲੂ ਨੂੰ ਘੋਨਾ ਮੋਨਾ ਕਰ ਲਓ ਤੁਸੀਂ ਇਹਨੂੰ ਐਨ ਚੰਗੀ ਤਰ੍ਹਾਂ, ਕਿਤੇ ਵੀ ਇਹਦੇ ਰਹਿ ਨਾ ਜਾਵੇ ਛਿਲਕਾ। ਆਲੂ ਨੂੰ ਛਿੱਲ ਲਿਆ ਜੀ ਆਪਾਂ, ਅਤੇ ਇਹਨੂੰ ਹੁਣ ਕੱਟ ਦਿਓ, 3-4 ਪੀਸ ਕਰ ਦਿਓ, ਜਿਹੜੇ ਮਿਕਸੀ 'ਚ ਆਰਾਮ ਨਾਲ ਹੋ ਜਾਣ। ਮਿਕਸੀ 'ਚ ਹੀ ਕੱਟ ਲਓ ਡਾਇਰੈਕਟ ਤੁਸੀਂ ਸਿੱਧਾ ਇਹਨੂੰ। ਆਲੂ ਪਾਤਾ ਜੀ, ਜਿਹੜਾ ਇੱਕ ਟਮਾਟਰ ਲਿਆ ਸੀਗਾ ਇਹਨੂੰ ਵੀ ਤੁਸੀਂ ਕੱਟ ਦਿਓ, ਮਿਕਸੀ 'ਚ ਹੀ ਕੱਟਣਾ ਜੀ ਇਹਨੂੰ ਵੀ ਆਪਾਂ ਨੇ। ਐਵੇਂ ਛੋਟੇ ਛੋਟੇ ਪੀਸ ਕਰ ਲਓ ਜੀ। ਉਸ ਤੋਂ ਬਾਅਦ ਜਿਹੜਾ ਆਪਾਂ ਦਹੀਂ ਲਿਆ ਸੀਗਾ ਜੀ, ਦਹੀਂ ਨੂੰ ਵੀ ਇਹਦੇ ਵਿੱਚ ਹੀ ਪਾ ਦਿਓ, 2 ਚਮਚ ਪਾਉਣੇ ਨੇ ਜੀ। ਦਹੀਂ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ, ਠੀਕ ਹੋਣਾ ਚਾਹੀਦਾ। ਆਪਾਂ 3 ਚੀਜ਼ਾਂ ਮਿਕਸੀ 'ਚ ਪਾ ਲਈਆਂ ਜੱਗ 'ਚ, ਆਲੂ ਟਮਾਟਰ ਦਹੀਂ ਦੇ 2 ਚਮਚ ਜੀ। ਆਪਾਂ ਥੋੜ੍ਹਾ ਜਿਹਾ ਵੱਧ ਪਾ ਲਿਆ ਸੀ, ਪਤਲਾ ਸੀਗਾ, ਤੁਸੀਂ ਸੰਘਣਾ ਦਹੀਂ ਵਰਤਣਾ। ਮਿਕਸਚਰ ਆਪਣਾ ਤਿਆਰ ਹੋ ਗਿਆ ਜੀ, ਆਲੂ ਟਮਾਟਰ ਦਹੀਂ ਦਾ ਜਿਹੜਾ ਪਾਇਆ ਸੀ, ਐਂ ਸਮਝ ਲਓ ਵੀ ਜਿਵੇਂ ਆਪਾਂ ਇੱਕ ਸ਼ੇਕ ਬਣਾਉਂਦੇ ਹਾਂ ਉਵੇਂ ਦਾ ਹੋ ਗਿਆ ਜੀ। ਅਤੇ ਇਹਦਾ ਹੁਣ ਆਪਾਂ ਕੀ ਕਰਨਾ, ਇੱਥੇ ਤੁਸੀਂ ਬਹੁਤ ਧਿਆਨ ਨਾਲ ਦੇਖਣਾ, ਇਹ ਹਜੇ ਤਿਆਰ ਨਹੀਂ ਹੋਇਆ, ਇਹਦਾ ਹਜੇ ਬਹੁਤ ਕੁਛ ਪੈਣਾ, ਅਤੇ ਤੁਸੀਂ ਅੱਗੇ ਅੱਗੇ ਵੇਖੀ ਜਾਓ ਜੀ। ਆਪਣਾ ਸਾਰਾ ਮਿਕਸਚਰ ਹੈ, ਇਹਨੂੰ ਆਪਾਂ ਹੁਣ ਪੂਣੀ ਨਾਲ ਪਾਉਣ ਲੈਣਾ ਜੀ। ਇਹਨੂੰ ਆਪਾਂ ਇਹਦਾ ਰਸ ਲੈਣਾ ਜੀ ਸਾਰਾ, ਇਹਦਾ ਪੇਸਟ ਆਪਣੇ ਕੋਈ ਕੰਮ ਦਾ ਨਹੀਂ ਹੈਗਾ, ਸਿਰਫ ਆਪਾਂ ਇਹਦਾ ਰਸ ਲੈਣਾ। ਆਹ ਥੱਲੇ ਦੇਖੋ ਜੀ, ਇਹਦਾ ਸਾਰਾ ਜੂਸ ਜਿਹਾ ਨਿਕਲ ਰਿਹਾ ਰਸ ਹੈ ਨਾ। ਆਹ ਨੀਚੇ ਇਹਦਾ ਰਸ ਨਿਕਲ ਰਿਹਾ, ਆਪਾਂ ਨੂੰ ਇਹ ਚੀਜ਼ ਚਾਹੀਦੀ ਹੈ, ਅਤੇ ਤੁਸੀਂ ਇਸ ਤਰ੍ਹਾਂ ਇਹਨੂੰ ਹਿਲਾ ਕੇ ਰਸ ਕੱਢ ਲੈਣਾ ਇਹਦਾ। ਹਾਂਜੀ, ਆਪਾਂ ਸਾਰਾ ਰਸ ਕੱਢ ਲਿਆ ਜੀ, ਆਲੂ ਟਮਾਟਰ ਦਹੀਂ ਦਾ ਇਹ ਆਪਾਂ ਰਸ ਕੱਢ ਲਿਆ, ਅਤੇ ਇਸ ਤੋਂ ਬਾਅਦ ਇਹਨੂੰ ਆਪਾਂ ਹੁਣ ਕੀ ਲੈਣਾ, ਇਹਦੇ 'ਚ ਹੋਰ ਸਮਾਨ ਪੈਣਾ ਜੀ, ਉਹ ਦੱਸਦੇ ਹਾਂ ਤੁਹਾਨੂੰ ਆਪਾਂ, ਅਤੇ ਕਿਤੇ ਤੁਸੀਂ ਇੱਥੇ ਵੀਡੀਓ ਨੂੰ ਛੱਡ। ਹੁਣ ਆਪਾਂ ਨੂੰ ਕੀ ਸਮਾਨ ਚਾਹੀਦਾ ਜੀ ਆਪਾਂ ਤੁਹਾਨੂੰ ਉਹ ਦੱਸਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਜੀ ਚੌਲਾਂ ਦਾ ਆਟਾ, ਮੋਟੇ ਚੌਲਾਂ ਦਾ ਹੀ ਆਟਾ ਚਾਹੀਦਾ ਆਪਾਂ ਨੂੰ, ਬਾਸਮਤੀ ਚੌਲ ਦਾ ਆਟਾ ਨਹੀਂ ਚਾਹੀਦਾ ਜੀ। ਅਤੇ ਇਹ ਆਟਾ ਆਪਾਂ ਪਹਿਲਾਂ ਗ੍ਰੈਂਡ ਕੀਤਾ ਹੋਇਆ ਸੀ, ਉਦੋਂ ਆਪਣੇ ਕੋਲ ਬਚਿਆ ਹੋਇਆ ਸੀ, ਅਤੇ ਤੁਸੀਂ ਵੀ ਇਕੱਠਾ ਕਰ ਲਿਆ ਕਰੋ, ਅੱਡ ਰੱਖ ਲਓ, ਕੰਮ ਆਉਂਦਾ ਹੀ ਰਹਿੰਦਾ ਜੀ ਆਪਣੇ ਹੈ ਨਾ। ਅਤੇ ਇਹਨੂੰ ਆਪਾਂ ਛਾਨਣਾ ਜੀ, ਜੇ ਤੁਸੀਂ ਬਾਜ਼ਾਰ 'ਚੋਂ ਪਤਲਾ ਪਾਊਡਰ ਵਾਲਾ ਲੈ ਰਹੇ ਹੋ ਫਿਰ ਤਾਂ ਲੋੜ ਨਹੀਂ ਛਾਨਣ ਦੀ, ਜੇ ਤੁਸੀਂ ਘਰ ਗ੍ਰੈਂਡ ਕੀਤਾ ਤਾਂ ਇਹ ਮੋਟਾ ਰਹਿ ਜਾਂਦਾ, ਤਾਂ ਇਹਨੂੰ ਛਾਨਣਾ ਪੈਂਦਾ, ਆਪਾਂ ਇਹਨੂੰ ਛਾਨਦੇ ਹਾਂ। ਹਾਂਜੀ, ਇਹ ਆਪਾਂ ਨਾ 2 ਚਮਚ ਲੈ ਰਹੇ ਹਾਂ ਜੀ, ਤੁਸੀਂ ਆਪਣੇ ਰਸ ਦੇ ਹਿਸਾਬ ਨਾਲ ਲੈਣਾ। ਜੇ ਤੁਸੀਂ 1 ਜਣੇ ਨੇ ਲਾਉਣਾ ਤਾਂ ਤੁਸੀਂ ਆਲੂ ਅਤੇ ਟਮਾਟਰ ਘੱਟ ਪਾ ਸਕਦੇ ਹੋ, ਅਤੇ ਤੁਸੀਂ ਉਹ ਰਸ ਘੱਟ ਲੈ ਸਕਦੇ ਹੋ, ਠੀਕ ਹੈ ਜੀ। ਆਪਣਾ ਰਸ ਜ਼ਿਆਦਾ,
इस करके असी बना रहे हैं तीन जने का, इस करके आप ले रहे हैं दो चम्मच। तुसी अपने रस के हिसाब न चौलों का आटा पा सकते हो, जे थोड़ा जिहा एक चम्मच पा सकते हो, तुसी जे तुसी अद्धे आलू का करोगे तो एक चम्मच पा सकते हो, जे पूरे आलू का करोगे तो तुसी दो चम्मच पाओ। हाँ जी, चौलों का आटा आप छान लिया जी, ये छाने हुए दे चम्मच का हिसाब रखना तुसी छानन तो बाद, जे तुहाडा रस ज़्यादा तो तुसी दो चम्मच पा लियो, जे घट है तो एक चम्मच पा लियो। हुण आपां ज़्यादा असी ज़्यादा बंदिआं लई बनाया तो असी इहदे च दो चम्मच पावांगे जी। इस तो बाद आपां हुण की लैणा जी, इस तो बाद लैणा जी आपां ने बेसन, उहदे वी आपां दो चम्मच लैणे आ जी। आ जाओ हुण आपां पाउणे आ बेसन जी इहदे च। लो जी, आप चम्मच बेसन का लै रहे हैं जी, दो चम्मच ही बेसन के लैने हैं तुसी, ये तो दो ही लैने ने तुसी, ठीक है जी। इस तो बाद आप लैनी है जी कॉफ़ी, कॉफ़ी जे थोड़े को छोटा पाउच है तो तुसी दो लैने हैं जी, आप दो लवेंगे, साढ़े को छोटा जी है 0.9 ग्राम का, तो वह 1.2 ग्राम का आता सीगा, इस करके असी ये दो पा रहे हैं, नहीं तुसी एक चम्मच का हिसाब रखियो, बस एक चम्मच पा रहे हो ये। आप चम्मच से तो पा रहे हैं जी, तुम्हें आइडिया हो जाए भी कितनी क कॉफ़ी पानी है, क्योंकि ये पाउच छोटे आ गए से उत्थे वेख्या नहीं, घर आके वेख्या। हाँ देखो लगभग एक चम्मच ही हो गया, तो बस एक चम्मच पाना है, ठीक है जी, एक चम्मच एवें ही पाना, बस आप चम्मच ही कह दें। हाँ जी, ये हुण आपां सारियां चीज़ां लै लईआं जी, आलू टमाटर दही ते बेसन चौलों का आटा ते कॉफ़ी जी, ये सारियां चीज़ां लै लईआं। ते रस तुसी ना वध घट भी लै सकदे हो, कई बार किसी का टमाटर वड्डा हुंदा है ना जी, उस च रस ज़्यादा हुंदा है, ते तुसी अपना रस भी घट कर सकदे हो, जरूरी नहीं भी सारा ही लैना, तुसी रस घट लै सकदे हो, क्योंकि फिर नहीं इहदी क्वांटिटी ज़्यादा वधाउणी पै जाऊ तुहानूं, बस तुसी इह हिसाब रखियो भी पेस्ट जिहा बण जाए, दो चम्मच बेसन दे पाउणे इहदे च जरूरी है, एक चम्मच तुसी जे रस दसे जी तो घट वा है ना, तो चौलों का आटा पाना जी, तो कॉफ़ी उ एक पाउच तो एक चम्मच का हिसाब जहा जी है ना, तो इस करके उस तो बाद आप चंकी तरह मिक्स करना, जो मेन काम है जी गिद्धा पवा दो, बस इन्ना मिक्स कर दो इनू कि सारिया चीज़ा आप च इन घोल मिल जा कि पता ही ना लगे बेसन कितने है, चौलों का आटा कितने है, तो टमाटर आलू कॉफ़ी कितने है, तुम वेखन तो ए लगेगा भी आप कॉफ़ी बना ली एक, तो क्योंकि बेसन के डलिया जहाँ बन जाएगियाँ तो वो नहीं बन देनी अपने, बस इन्ने आराम नाल तुसी इनू मिक्स करना है। लो जी, आप पवाता चंगी तरह गिद्दा एंड चंगी तरह करते मिक्स, तो इनू आप दस दें किवें लाना, तुसी साफ पानी नाल फेस नू पहला चंगी तरह साफ कर लेना जी, सिंपल पानी नाल सिर्फ, तो साफ करके उस तो बाद तुसी उंगल की मदद नाल एवें लाना जी, देखो पूरा संघना लाना, पतला ना हो पेस्ट, पूरा मोटा होना चाहिए, सारे फेस से अप्लाई कर लियो तुसी इनू चंगी तरह, इनू लेडीज जेंट्स सारे को वरत सकते ने, तुहाडे फेस से जिहड़ा भी इत्थे कालापन होगा, कोई झुरड़ी होगी छोटी मोटी जिहड़ियां पैनियां शुरू हो रही ने जां पै भी चुकियां ने, उन्हां नूं भी ये काफ़ी हद तक मदद करेगा सही करन च, ते कालापन ते ग्लो तो इन्नी आजूगी तुसी हैरान रह जाओगे देख के, ते तुहानूं हुण जिवें ब्याह ते किते भी जाणा तुसी 15 मिनट कढ के पहलां अपने फेस ते ला लो जी, तुहानूं कोई फेशियल कराउण दी लोड़ नहीं, तुसी मिंटां सकिंटां ज़्यादा चमक चमकांदा चेहरा लैके ब्याह च हाजिर हो सकदे हो, शायद उन्ना ग्लो तुहाडा फेशियल नाल भी ना आवे जिन्ना इहदे नाल आऊगा, ते इहदा रिजल्ट बहुत ही ज़्यादा वधिया जी।
हाँ जी, एक बार जो तुम सारे फेस से ला लेना उस तो बाद एक बार तुम हल्के जे हाथ नाल दोबारा प्लास्टर जहाँ फेर कर दौ है एवं भी कित जगह जी ना रहे एवं मोटा मोटा हो पूरा ए गोलू मोलू जो बन जाओ ला के बस इन मोटा मोटा साफ जहा हो बस जिमें आप बाल पुट्टी ही नहीं कराते बाद च एवें हो साफ साफ लो जी फाइनली आप सारे फेस से ला लिया जी तो मिलते हैं थोनों आप 15 मिनटा बाद। लो जी 15-20 मिनट सुकाने तो बाद सामने आप हाजिर हो गए। ये देखने लगता होना गिला पर हाथ ला के देखा आप बिल्कुल सुका देखो जमा नहीं ना लगता ये कलर ही एवं कॉफी करके ना तो बोलना घट है लाने तो बाद पूरी स्किन अपनी टाइट हो जाती है भी झुरड़ियां भी तुम दस्या भी बहुत हद तक ठीक करो जोड़ा कालापन अपना वह भी बहुत ठीक होगा ग्लो तो इन्नी आजूगी तुम हैरान रह जाओगे। तो आप हम वॉश करते हैं जी तुम बद भी हो सकता 2-4 मिनट कोई चक्कर नहीं सुखाना इनू क्यों यदा कोई नुकसान तो है नहीं जो ज़्यादा टाइम लगेगा तो इस करके तुम इनू पूरा सुखाना है। आ देखो हम हाथ नहीं लगता क्योंकि यदा कलर उवें दा ना भी आप वेखिए भी सुक के वाइट जाओ जो वाइट नहीं फिर तुम देख लियो 20 मिनटा बाद 15 मिनटा बाद हाथ ला के वेखो भी ऐसा सुका है बद भी रख लियो कोई अपने को टाइम है तो तुम बद रख सकते हैं तो आप वॉश करके तो रिजल्ट दिखाने आओ एवं गिला करके थोड़ा जहा रगड़ के लाना ज्यादा जोर ना नहीं पोला पोला रगड़ना देखो एवं रगड़ना पोला पोला होर काम छड्डो जी तुसीं पहला इनू बना के लाओ तुसीं फर्क देखो किन्ना पै गया एक बार च ही है ना ते तुहाडे सामने आपां फिर कल्ले सिंपल पानी नाल ही फेस नूं वॉश कीता ते फर्क देखो तुसीं है ना ते थोड़ियां जिहियां चीज़ां ने अपनी रसोई चों ही आपां लईआं सी ते किन्ना रिजल्ट तकड़ा आ गया यार है ना बाकी इहदे होर 2-3 चीज़ां दा फर्क पै जांदा जिवें अपने फेस ते रिंकल हो जांदे ने झुरड़ियां कहिंदे ने कालापन उहदा भी बहुत फर्क पाउंदा फेस दा तां तुहानूं बल्ब वांगू चमका दूगा ते रिजल्ट तुहाडे सामने आ तुसीं अपनी ये वीडियो नूं यारां दोस्तां नाल रिश्तेदारां नाल शेयर करो। अज दी वीडियो च इन्ना ही सीगा जे वीडियो वधिया लगी लाइक कर दिओ कमेंट कर दिओ शेयर कर दिओ ते जे नवे हो तां चैनल नूं सबसक्राइब कर लिओ जी मिलदे आ किसे नैक्सट ब्लॉग च थैंक्स फॉर वॉचिंग बाय बाय।